ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਰਿਹਾ। ਬਹੁਤ ਗਾਂ ਥਾਵਾਂ ਦੇ ਉੱਤੇ ਤਾਂ ਮੀਂਹ ਨਹੀਂ ਪਿਆ, ਪਰ ਕੁਝ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਕਣੀਆਂ ਪਈਆਂ। ਭਰਵਾਂ ਮੀਂਹ ਨਹੀਂ ਪਰ ਹਲਕਾ ਫੁਲਕਾ ਮੀਂਹ ਪਿਆ, ਜਿਹਦੇ ਵਿੱਚ ਜਲੰਧਰ ਦੇ ਕੁਝ ਖੇਤਰ ਵੀ ਆ, ਮਾਲਵੇ ਦੇ ਕੁਝ ਖੇਤਰ ਵੀ ਆ, ਮੋਹਾਲੀ ਵੀ ਆ ਅਤੇ ਲੁਧਿਆਣੇ ਦੇ ਕੁਝ ਹਿੱਸੇ ਦੇ ਵਿੱਚ ਵੀ ਕਣੀਆਂ ਪਈਆਂ। ਕਿਸਾਨਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਵੀ ਜੇਕਰ ਮੀਂਹ ਵੱਧ ਗਿਆ ਤਾਂ ਫਿਰ ਸਾਡੀ ਫਸਲ ਪ੍ਰਭਾਵਿਤ ਹੋ ਜਾਣੀਆਂ, ਮੰਡੀਆਂ ਦੇ ਵਿੱਚ ਢੇਰੀਆਂ ਭਿੱਜ ਜਾਣੀਆਂ, ਝੋਨੇ ਦੀ ਕੁਆਲਿਟੀ ਦੇ ਉੱਤੇ ਅਸਰ ਪਊਗਾ ਅਤੇ ਫਿਰ ਖਰੀਦ ਦੇ ਵਿੱਚ ਸਮੱਸਿਆ ਆਊਗੀ। ਇਸ ਵੇਲੇ ਝੋਨਾ ਵੱਢਿਆ ਜਾ ਰਿਹਾ ਜਾਂ ਕਹਿ ਦਈਏ ਪੱਕਣ ਦੇ ਕੰਢੇ ਦੇ ਉੱਤੇ ਆ, ਅਤੇ ਜਿਹੜਾ ਪੱਕਣ ਦੇ ਕੰਢੇ 'ਤੇ ਜੇਕਰ 2-4-5 ਧੁੱਪਾਂ ਲੱਗ ਗਈਆਂ ਉਹਨੇ ਵੀ ਪੱਕ ਜਾਣਾ, ਫਿਰ ਉਹਨਾਂ ਖੇਤਾਂ ਦੇ ਵਿੱਚ ਵੀ ਕੰਬਾਈਨ ਘੁੰਮਣੀ ਆ। ਪਰ ਜੇਕਰ ਮੀਂਹ ਪੈ ਜਾਂਦਾ ਤਾਂ ਨੁਕਸਾਨ ਝਾੜ ਦੇ ਪੱਧਰ 'ਤੇ ਵੀ ਹੋ ਸਕਦਾ ਅਤੇ ਝੋਨੇ ਦੀ ਲੇਟ ਵਾਢੀ ਦੇ ਨਾਲ ਸੰਬੰਧਿਤ ਵੀ ਖਬਰਾਂ ਆ ਸਕਦੀਆਂ। ਸੋ ਕਿਸਾਨਾਂ ਦੇ ਸਾਹ ਸੁੱਕੇ ਪਏ ਆ, ਅਰਦਾਸ ਕਰਦੇ ਕਿਸਾਨ ਕਿ ਭਾਈ ਮੀਂਹ ਨਾ ਪਵੇ, ਪਰ ਕੁਦਰਤ ਦੇ ਅੱਗੇ ਜ਼ੋਰ ਕੋਈ ਨਹੀਂ, ਬਾਕੀ ਵਕਤ ਦੱਸੂਗਾ ਬਣਦਾ ਕੀ ਹੈ। ਉੱਦਾਂ ਸੂਬੇ ਦੀ ਸਰਕਾਰ ਨੇ ਗੱਲ ਕਹੀ ਆ ਕਿ ਦਾਣਾ ਇੱਕ ਇੱਕ ਅਸੀਂ ਖਰੀਦਾਂਗੇ ਝੋਨੇ ਦਾ, ਅਤੇ ਲੰਘੇ ਕੱਲ੍ਹ ਤਾਂ ਮੰਤਰੀ ਸਾਹਿਬਾਨ ਨੇ ਇਹ ਵੀ ਗੱਲ ਕਹੀ ਆ ਕਿ 12 ਵਜੇ ਝੋਨੇ ਦੀ ਢੇਰੀ ਦੀ ਬੋਲੀ ਲੱਗਦੀ ਆ ਅਤੇ 4 ਵਜੇ ਨੂੰ ਖਾਤੇ ਦੇ ਵਿੱਚ ਕਿਸਾਨ ਦੇ ਪੈਸੇ ਪੈ ਜਾਂਦੇ ਆ, ਅਤੇ ਇਹ ਥੱਲੇ ਟਿੱਪਣੀ ਦੇ ਰੂਪ ਦੇ ਵਿੱਚ ਆਪ ਹੀ ਕਿਸਾਨ ਵੀਰ ਦੱਸ ਦੇਣ ਕਿ 4 ਵਜੇ ਤੱਕ ਪੈਸੇ ਪੈਂਦੇ ਆ ਜਾਂ 4 ਦਿਨਾਂ ਬਾਅਦ ਪੈਂਦੇ ਆ ਜਾਂ 4 ਘੰਟਿਆਂ ਬਾਅਦ ਸੱਚੀ ਮੁੱਚੀ ਪੈ ਜਾਂਦੇ ਆ, ਇਹ ਹੁਣ ਉਹਨਾਂ ਨੇ ਆਪੇ ਦੱਸਣਾ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਬੜੀ ਮਹੱਤਵਪੂਰਨ ਆ। ਉਹ ਇਸ ਕਰਕੇ ਮਹੱਤਵਪੂਰਨ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਸਾਹਿਬ ਦੀ ਆਪਸ ਦੇ ਵਿੱਚ ਸੁਰ ਨਾ ਮਿਲਣ ਦੀਆਂ ਖਬਰਾਂ ਆ ਰਹੀਆਂ। ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਸਾਡੀ ਸੁਰ ਮਿਲਦੀ ਹੈ, ਰਾਜਪਾਲ ਸਾਹਿਬ ਦੇ ਨਾਲ ਕੋਈ ਤਕਰਾਰਬਾਜ਼ੀ ਨਹੀਂ, ਅਸੀਂ ਪੰਜਾਬ ਦੇ ਮੁੱਦਿਆਂ ਦੇ ਹੱਲ ਵਾਸਤੇ ਯਤਨਸ਼ੀਲ ਹਾਂ, ਜਿੱਥੇ ਵੀ ਮੌਕਾ ਮਿਲਦਾ ਅਸੀਂ ਮੁੱਦੇ ਰੱਖਦੇ ਹਾਂ। ਪਰ ਖਬਰਾਂ ਇਹ ਆ ਰਹੀਆਂ, ਵਿਰੋਧੀ ਵੀ ਇਸ ਮੁੱਦੇ ਨੂੰ ਚੁੱਕ ਰਿਹਾ ਕਿ ਭਾਈ ਸਾਰਾ ਕੁਝ ਠੀਕ ਨਹੀਂ, ਕਰੂਰਾ ਆਪਸ ਦੇ ਵਿੱਚ ਰਲਦਾ ਨਹੀਂ, ਦੋਵੇਂ ਧਿਰਾਂ ਵੱਖੋ ਵੱਖਰੀਆਂ ਨੇ। ਰਾਜਪਾਲ ਸਾਹਿਬ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਨਾਲ ਅਸਿੱਧੇ ਤਰੀਕੇ ਦੇ ਨਾਲ ਵਾਰ ਵੀ ਕੀਤੇ ਜਾ ਰਹੇ ਆ, ਕਿਉਂਕਿ ਪੰਜਾਬ ਦੀ ਸਰਕਾਰ ਨੇ ਵੀ ਗੱਲ ਕਹੀ ਸੀ ਕਿ ਅਸੀਂ ਪਰਾਲੀ ਦੇ ਮਾਮਲੇ 'ਤੇ, GST ਦੇ ਮਾਮਲੇ 'ਤੇ, ਪਾਣੀ ਦੇ ਮੁੱਦੇ 'ਤੇ, ਬਿਜਲੀ ਦੇ ਮੁੱਦੇ ਦੇ ਉੱਤੇ ਸੈਸ਼ਨ ਸਦਣਾ, ਪਰ ਇਹਨਾਂ ਮੁੱਦਿਆਂ 'ਤੇ ਗੱਲ ਨਹੀਂ ਕੀਤੀ ਅਤੇ ਭਰੋਸਗੀ ਦਾ ਮਤਾ ਲੈ ਕੇ ਆ ਗਏ ਅਤੇ ਬਾਅਦ ਦੇ ਵਿੱਚ ਬਹੁਮਤ ਸਾਬਤ ਕਰਨ ਦੇ ਰਾਹ ਦੇ ਉੱਤੇ ਤੁਰ ਪਏ। ਕਹਿੰਦੇ ਆ ਵੀ ਇਹਨਾਂ ਗੱਲਾਂ ਦੇ ਕਰਕੇ ਰਾਜਪਾਲ ਸਾਹਿਬ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਕੁੜੱਤਣ ਵਾਲੀਆਂ ਗੱਲਾਂ ਸ਼ਾਇਦ ਆਈਆਂ ਹੋਣ। ਬਾਕੀ ਵਕਤ ਦੱਸੂਗਾ ਵੀ ਭਾਈ ਮੁੱਦਾ ਕੀ ਬਣਦਾ, ਪਰ ਭਗਵੰਤ ਮਾਨ ਨੇ ਕਿਹਾ ਜੀ ਕਿ ਇਹ ਤਾਂ ਐਵੇਂ ਪੁੜਲ ਬਣਾਇਆ ਜਾ ਰਿਹਾ। ਹੁਣ ਇੱਕ ਨਵੀਂ ਖਬਰ ਆ ਗਈ ਆ। ਪਿਛਲੇ ਦਿਨੀ ਆਪਾਂ ਜਾਣਦੇ ਕਿ ਭਗਵੰਤ ਮਾਨ ਸਾਹਿਬ ਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਵਧਾਈ ਦਿੱਤੀ ਸੀ। ਵਾਂਡਰ ਸਾਹਿਬ ਬੜੇ ਮਸ਼ਹੂਰ, ਮੈਂ ਤਾਂ ਮਹਾਨ ਸ਼ਬਦ ਵਰਤਦਾ, ਬੜੇ ਮਹਾਨ ਡਾਕਟਰ ਨੇ। ਆਪਾਂ ਜਾਣਦੇ ਜੀ ਕਿ ਹੀਰੋ ਹਾਰਟ ਜਿਹੜਾ ਕਿ DMC ਦੇ ਵਿੱਚ ਹੋਸਪਿਟਲ ਆ ਦਿਲ ਦੇ ਰੋਗਾਂ ਦਾ, ਉਹਦੇ ਉਹ ਮੁਖੀ ਆ, ਅਤੇ ਡਾਕਟਰ ਰਾਜ ਬਹਾਦਰ ਸਿੰਘ ਦੀ ਥਾਂ ਦੇ ਉੱਤੇ ਬਾਬਾ ਫਰੀਦ ਯੂਨੀਵਰਸਿਟੀ ਦਾ ਇਹਨਾਂ ਨੂੰ ਹੀ ਵਾਈਸ ਚਾਂਸਲਰ ਐਲਾਨ ਦਿੱਤਾ ਗਿਆ ਸੀ, ਯਾਨੀ ਕਿ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ। ਮੀਡੀਆ 'ਚ ਖਬਰਾਂ ਆ ਗਈਆਂ, TV 'ਤੇ ਖਬਰਾਂ ਆ ਗਈਆਂ, ਭਗਵੰਤ ਮਾਨ ਨੇ ਵਧਾਈ ਵੀ ਦਿੱਤੀ, ਚਾਰੇ ਪਾਸੇ ਗੜਗੜ ਬੋਲ ਗਏ। ਪਰ ਹੁਣ ਐਨ ਮੌਕੇ ਦੇ ਉੱਤੇ ਆ ਕੇ ਅਤੇ ਇੱਕ ਨਵੀਂ ਫਿਰਕੀ ਵਾਲੀ ਜਾਣਕਾਰੀ ਆ ਗਈ ਆ। ਹੁਣ ਰਾਜਪਾਲ ਸਾਹਿਬ ਦੇ ਕੋਲ ਜਦੋਂ ਫਾਈਲ ਗਈ ਬਨਵਾਰੀ ਲਾਲ ਪੁਰੋਹਿਤ ਸਾਹਿਬ ਦੇ ਕੋਲ, ਉਹਨਾਂ ਨੇ ਕਹਿੰਦੇ ਭਾਈ ਉੱਤੇ ਘੁੱਗੀ ਮਾਰਨ ਤੋਂ ਇਨਕਾਰ ਕਰਤਾ, ਕਹਿੰਦੇ ਨਾ ਇਹ ਤਾਂ ਭਾਈ ਮਨ ਆਈਆਂ, 3 ਮੈਂਬਰੀ ਪੈਨਲ ਦਾ ਨਾਂ ਭੇਜੋ, ਬਾਅਦ ਦੇ ਵਿੱਚ ਤੈਅ ਕਰਾਂਗੇ ਵੀ ਕਿਹਦੇ ਉੱਤੇ ਘੁੱਗੀ ਮਾਰਨੀ ਹੈ, ਇੱਕ ਨਾਂ ਦੇ ਉੱਤੇ ਗੱਲ ਥੋੜ੍ਹੀ ਬਣਦੀ ਹੈ। ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਕਿ ਆਪਾਂ ਕੋਈ ਗੱਲ ਨਹੀਂ, 3 ਮੈਂਬਰੀ ਇੱਕ ਕਮੇਟੀ ਦਾ ਨਾਂ ਜਾਂ ਕਹਿ ਦਈਏ ਸੂਚੀ ਸ਼ਾਰਟ ਲਿਸਟ ਕਰਕੇ ਪੈਨਲ ਆ ਜਿਹੜਾ ਉਹ ਭੇਜ ਦਿਆਂਗੇ, ਅਤੇ ਫਿਰ ਤੁਸੀਂ ਉਹਦੇ ਵਿੱਚੋਂ ਚੁਣ ਲਿਓ। ਪਰ ਕੀ ਉਹ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਹੀ ਹੋਣਗੇ ਜਾਂ ਕਿਸੇ ਹੋਰ ਡਾਕਟਰ ਸਹਿਬਾਨ ਨੂੰ ਜ਼ਿੰਮਾ ਮਿਲੂਗਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ? ਸਮੇਂ ਨੇ ਬਹੁਤ ਕੁਝ ਬਿਆਨ ਕਰਨਾ, ਗੰਦੇ ਗੱਦੇ ਦੇ ਉੱਤੇ ਪਾਉਣ ਦੇ ਕਰਕੇ ਅਤੇ ਡਾਕਟਰ ਰਾਜ ਬਹਾਦਰ ਨੇ ਅਸਤੀਫਾ ਦਿੱਤਾ। ਨਵੇਂ VC ਦੀ ਗੱਲ ਚੱਲੀ, ਉੱਥੇ ਰਾਜਪਾਲ ਸਾਹਿਬ ਦਾ ਡਿੱਕਾ ਆ ਗਿਆ, ਯਾਨੀ ਕਿ ਹਾਲੇ ਕੁਝ ਕੁ ਹਫ਼ਤੇ ਜਾਂ ਕੁਝ ਕੁ ਦਿਨ ਲੱਗਣਗੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲਣ 'ਤੇ। ਹੁਣ ਇਸ ਤੋਂ ਅਗਲੀ ਜਾਣਕਾਰੀ ਇੱਕ ਹੋਰ ਆ ਗਈ ਆ, ਕਿਉਂਕਿ ਆਪਾਂ ਜਾਣਦੇ ਜੀ ਕਿ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦਰਮਿਆਨ SYL ਦੇ ਮੁੱਦੇ 'ਤੇ ਸ਼ਬਦਕ ਤਕਰਾਰ ਫਿਰ ਸ਼ੁਰੂ ਹੋ ਗਈ ਆ ਅਤੇ ਹਾਲੇ ਹੋਰ ਭਖੜਨ ਦੇ ਆਸਾਰ ਆ। 14 ਤਰੀਕ ਨੂੰ ਯਾਨੀ ਕਿ 14 ਅਕਤੂਬਰ ਨੂੰ ਸਵੇਰੇ 11:30 ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਹੈ। ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੁਰਸੀ ਨਾਲ ਕੁਰਸੀ ਡਾ ਕੇ ਬਹਿਣਾ, ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟੜ। ਹੁਣ ਇਹਦੇ ਵਿੱਚ ਪੰਜਾਬ ਦੇ ਪਾਣੀ ਅਤੇ SYL ਦੇ ਮੁੱਦੇ ਦੇ ਉੱਤੇ ਕੀ ਚਰਚਾ ਹੋਊਗੀ ਅਤੇ ਕੌਣ ਕੀ ਸਟੈਂਡ ਲੈ ਕੇ ਬਾਹਰ ਨਿਕਲਦਾ, ਇਹ ਵਕਤ ਦੱਸੂਗਾ। ਪਰ ਕੇਂਦਰ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਗੱਲ ਕਹਿਤੀ ਸੀ ਵੀ ਭਾਈ ਤੁਸੀਂ ਤਾਂ ਕਹਿੰਦੇ ਕਿ ਭਾਈ ਮਿਲ ਬਿਠਾ ਕੇ ਦੋਵਾਂ ਸੂਬਿਆਂ ਦੇ ਕੋਈ ਮਸਲੇ ਦਾ ਹੱਲ ਕੱਢੋ, ਪਰ ਪੰਜਾਬ ਦੀ ਸਰਕਾਰ ਤਾਂ ਸਹਿਯੋਗ ਨਹੀਂ ਦੇ ਰਹੀ। ਅਤੇ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਵੀ ਜੇ ਤਾਂ ਦੋਵਾਂ ਸੂਬਿਆਂ ਨੇ ਮਸਲਾ ਆਪੇ ਹੱਲ ਕਰ ਲਿਆ ਠੀਕ ਆ, ਨਹੀਂ ਤਾਂ ਫਿਰ ਜਨਵਰੀ ਦੇ ਵਿੱਚ ਅਸੀਂ ਆਪਣੀ ਮਰਜ਼ੀ ਮੁਤਾਬਕ ਆਦੇਸ਼ ਜਾਰੀ ਕਰਨ ਦੇ ਲਈ ਮਜਬੂਰ ਹੋਵਾਂਗੇ। ਸੋ ਭਗਵੰਤ ਮਾਨ ਨੇ ਕਿਹਾ ਜੀ ਕਿ ਫਾਈਲਾਂ ਮੇਰੀਆਂ ਟਣਾ ਟਣ ਰੈਡੀ ਆ। ਭਗਵੰਤ ਮਾਨ ਨੇ ਕਿਹਾ ਜੀ ਕਿ ਮੈਂ ਪੂਰੀ ਤਿਆਰੀ ਨਾਲ ਮੀਟਿੰਗ ਵਿੱਚ ਜਾਣਾ, ਪੰਜਾਬ ਦਾ ਮੁੱਦਾ, ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖ
पर असी पंजाब दे मुद्दे रखांगे, रखने चाहिए आ ते रखने चाहिए सी भी। पहला एक खबर सांझी कर लिया भी किस तरीके दे नाल राजपाल साहब दे वल्लों फाइल दे उत्ते दस्तखत करन तों इनकार कर दिता गया ते बाबा फरीद यूनीवर्सिटी का वाइस चांसलर कौन हो सकता उहदे समें दे विच ते बाद विच करांगे टिप्पणी। पंजाब दे मुख्यमंत्री भगवंत मान ते राजपाल बनवारी लाल पुरोहित दरमियान पंजाब विधानसभा सैशन तो पहला शुरू हुई खिचोतान रुकण दा नां नहीं लै रहे। नतीजे वजों हुण राजपाल ने पंजाब सरकार वालों बाबा फरीद यूनीवर्सिटी के वाइस चांसलर की नियुक्ति वास्ते भेजी गई फाइल सरकार नूं वापस बलंक चिट्ठी वांगू भेज दी है। दरअसल पंजाब सरकार ने डॉक्टर गुरप्रीत सिंह वांडर की नियुक्ति वास्ते संबंधित फाइल गवर्नर नूं भेज दी सी, पर गवर्नर ने इस फाइल नूं वापस करन तों इलावा पंजाब सरकार नूं इह गल कही कि तीन मैंबरी पैनल भेजो, यानी कि तीन नावां दा पैनल भेजो। सेहत मंत्री चेतन सिंह जौड़ेमाजरा दे वल्लों आपां जाणदे हां कि डॉक्टर राज बहादुर सिंह नूं गंदे गद्दे दे उत्ते लम्मे पा लिया गया सी, जिस करके उन्होंने अस्तीफा दिता सी। इत्थे वी दसना बनता कि भगवंत मान ते राजपाल दरमियान पिछले कुछ हफ्तों तो तणातणी दीआं खबरां ने। 22 सितंबर नूं महज भरोसे की वोट साबित करन दे लई विधानसभा दा सैशन सद्दिया गया सी, पर आम आदमी पार्टी दे पूरे बहुमत दे करके 92 विधायक होण दे बावजूद केवल भरोसे की वोट दे लई सैशन बुलाउण नूं असंवधानक दसदे हुए बनवारी लाल पुरोहित ने सैशन नूं मंजूरी नहीं सी दित्ती। उस तो बाद अगला सैशन सद्या गया 27 सितंबर नूं, पर इहदे विच वी उही गल कीती गई जिहदे करके मन्निया जा रहा कि राजपाल बनवारी लाल पुरोहित पंजाब दी सरकार तो शायद खफा ने, पर भगवंत मान ने कहा कि इहो जी कोई भी गल नहीं है। इस खबर के उत्ते टिप्पणी कर लिया दोस्तों, पहली गल तां असीं कहांगे राजपाल साहब किसी भी सूबे के होण ते मुख्यमंत्री साहब किसी भी सूबे के होण, दोवां दरमियान विचारधारक मतभेद कदे भी नहीं होने चाहिए। असीं नहीं कहिंदे भी हुण हैगे कि नहीं हैगे, पर जेकर हैगे आ तां भी नहीं होने चाहिए, ते जेकर नहीं हैगे तां इहदे वर्गी रीस कोई नहीं, क्योंकि दोवां दा एक दूजे नाल सुर मिला के चलना बहुत जरूरी है ते दोवां दे वल्लों एक दूजे दे नाल सहयोग की गल भी होनी चाहिए है। पंजाब दे मुख्यमंत्री साहब नूं भी चाहिदा ते राजपाल साहब नूं भी चाहिए भी भाई पंजाब दे मुद्दयां दे उत्ते तुरंत विचार की जाए। पर इस तों अगली गल ये भी जिस तरीके नाल चेतन सिंह जौड़ेमाजरा दे नाल जुड़ा विवाद छिड़िया सीगा भी भाई इन्हां ने गंदे होए गद्दे दे उत्ते साबका VC नूं पा लिया ते उस तों बाद इन्हां नूं कई तरहां दे घेरे पाए भी भाई ये तां अपमान किया गया, डॉक्टर यूनियन ने प्रदर्शन किए आ, बाद विच कई होर खबरां आईयां, पर यह सारे विवाद दरकिनार करके तो भगवंत मान ने ऐलान कर दिता कि जी कौन होणगे अगले VC, यानी कि वह VC होणगे डॉक्टर गुरप्रीत सिंह वांडर। वांडर साहब का बहुत वड्डा नाम है जिवें पहलां गल कही है, पर गल यह भी हुण राजनीतिक फिरकी दे विच गल फस गई है। हुण इस फिरकी दे विच डॉक्टर वांडर साहब का ना ही आउंदा VC दे रूप दे विच, जां दो जिहड़े होर होणगे ना पैनल दे विच उहनां दे विचों कोई ना चुणिया जांदा, यह वक्त दसूगा। पर एक गल होर बड़ी महत्वपूर्ण दसनी बनती है जिहड़ी कि SYL नाल जुड़ी है। 14 तरीक नूं मीटिंग होगी, सिट्टा कोई निकलने की आस है नहीं, यह गल इत्थे दावे नाल कहनी बनती है। कि तुसीं मानदे हो कि भगवंत मान होरी यह गल कहणगे कि भाई हाँ पंजाब दा पाणी आपां जाण दे दिंदे आ, ते की यह गल कहणगे मनोहर लाल खट्टर होरी भी कोई गल नहीं पंजाब दे नाल हरियाणे दी भाईचारक सांझ आ, चल नहीं भी पाणी जिहड़ा ना दिओ। हरियाणे दे मुख्यमंत्री ने अपने लोगों के पल बनाउणी है जाके भी भाई मैं ठोक के गल करके आया भी बूंद एक एक लैके रहांगे, तो पंजाब के मुख्यमंत्री ने यह गल कहनी मीटिंग तो बाद कि मैं ठोक वजाहे कहता भी साढ़े कोले पानी दी एक भी बूंद है नहीं, यह मामला फिर सिट्टे तो बिना ही सामने रह जाना। उस तो अगली गल यह है भी आउंदे समय दे विच जेकर यह बयानबाजी भख गई, जेकर राजनीतिक विरोधकों के वलों मामला चक लिया गया ते जेकर इस मामले का कोई सिट्टा ना निकलिया तो जिहड़ियां ट्रालियां दे विच टिकरी सिंघू ते गाजीपुर बार्डर के उत्ते असीं ताऊ ते भाऊ की सांझ वेखदे रहे हां, यानी कि ताऊ हुक्का पींदे ते भाऊ उत्थे बैठ के ताश खेडदे सी ते पंजाब दे ते देश दे मुद्दे ते चर्चा करदे सी, उहनां दे विच किते कुड़त्तन ना पैदा हो जाए। क्योंकि जदों उधरले पासे हरियाणे च खबरां आउणगियां कि पंजाब हमारा पानी नहीं दे रहा, हम तो पंजाब से एक एक बूंद का हिसाब लेंगे, तो फिर उधरले लोगों के मन दे विच कुड़त्तन पैदा होनी है साडे वालिआं प्रति, तो जदों इधरों खबरां आउणगियां भी भाई पंजाब दे पानी दी एक बूंद नहीं देनी, तो फिर साडे पंजाबियों ने भी कहना भी बूंद किवें दे देंगे, साडे कोल तां आपदे कोले पानी है नहीं। तो फिर जिहड़ी ट्रालियां दे विच सांझ देखण नूं मिली सी उह सांझ किते कुड़त्तन दे विच ना बदल जाए। सो वक्त बयान करेगा भी इस मामले दे उत्ते भगवंत मान होरी की स्टैंड लैंदे आ, पर पाणी दे मुद्दे दे उत्ते आम आदमी पार्टी दी सरकार नूं घेरा पाऊगा, क्योंकि इन्हां दे ही एक राज सभा दे मैंबर ने हरियाणे दे विच इह गल कही सी कि असीं तां पाणी दी एक बूंद लै के रहांगे। रौला उदों इह पै गया भी पंजाब च कहिंदे बूंद एक नहीं देवांगे, हरियाणा जित्तण वास्ते कहिंदे बूंद लै के रहांगे, तां तुसीं है किहड़े पासे, स्टैंड तुहाडा की आ? पर वो गल हरियाणा दीआं चोणां दे मौके आम आदमी पार्टी नूं सताऊगी, तंग करेगी, वक्त दसूगा बनदा की आ। पर आम आदमी पार्टी की एक होर खबर आई है जिहड़ी कि विवादां दे नाल जुड़ी हुई है तो भावें परिवारक मसला, पर परिवारक मसला जेकर घर दे विच रहे उहदे वर्गी रीस कोई नहीं, जदों मीडिया च आ गया फिर परिवारक कदा रह गया,
क्योंकि जिहड़े सनौर तो हरमीत सिंह पठान माजरा विधायक ने आप दे उन्होंने घरवाली के वलों अकाल तख्त साहब के जथेदार साहब तक पहुँच की गई है भी इन्होंने पहली होने के बावजूद मेरे नाल विआह करवाया। इन्होंने अकाल तख्त साहब के आदेशों की उलंघना की है। इन्होंने वलों गलत तरीके आपका विआह करवाया गया तो इन्होंने उत्ते बनती पंथक कार्रवाई होनी चाहिए है। ये वक्त दसूगा बनता की है, पर आम आदमी पार्टी को कई तरह के चारे पासों घेरे पै रहे हैं। समय ने बयान करना भी कौन सच्चा नितरदा ते कौन किहड़े मामले दे विच कसूता फसदा, पर आम आदमी पार्टी गुजरात दे विच कोशिशां कर रही है, पर पहला पंजाब दे विच कमाला करके दिखाउणियां चाहीदियां। झारखंड की एक बहुत वड्डी खबर आई है, तुसीं भी दंग रह जाना, मैं तो दंग हाँ ही, क्योंकि आपां आपदे देश दे खिडारियों दे उत्ते माण करदे आ, सत्कार देण दी गल करदे आ, सारे ही देश खिडारियों दे सत्कार दी गल भी करदे, माण दी गल भी करदे आ, पर साढ़े देश दे विच आम लोग सत्कार की गल करते हैं। जिहड़े बंदे नूं जिहड़ी खेड दे बारे उक्का जानकारी नहीं हुंदी, वह फैडरेशन का प्रधान बनिया हुंदा। मैं सारयां दी गल नहीं करदा, पर बहुतयां दे बारे जानकारी यह आउंदी आ। गुल्ली डंडा खेडा नहीं हुंदा, उहने तां कह दिंदे जी कि फलानी अकैडमी दा उहनूं प्रधान बना दिता, क्योंकि नेता दा मुंडा हुंदा। इहदे करके ही भारत दीआं खेडां दे विच राजनीति घुसी आ, इहदे करके ही असीं मैडलां तों वांझे रहि गए हां, इहदे करके सिलैक्शन कमेटियां कई वार जिहड़े काबिल नहीं हुंदे उहनां दी टीम 'च चोण कर लैंदे आ, ते जिहड़े काबिल हुंदे आ उहनूं परे करके बिठा दिंदे आ, जिहदे करके साडा देश मैडलों तो सखणा जां मैडलों के मामले च पिछे रह जांदे बाकी देशों के मुकाबलतन। हुण जिहड़ी झारखंड की खबर आ तुहानूं हलूण के रख दूगी, तुसीं गौर नाल सुणियो। उत्थों दी कुड़ी आ, उहदा नाम हैगा जी अष्टम आराम। ये झारखंड की रहण वाली आ, गरीब घर दे विच जम्मी जाई आ। उहदे कोल खेडण वास्ते बूट भी नहीं सी हुंदे, जर्सी भी नहीं सी हुंदी, कोई सहूलत भी नहीं सी हुंदी, डाइट भी नहीं सी हुंदी, पर उस कुड़ी ने फिर भी आपदे जज्बे दे सदका फुटबाल दे विच सोहना प्रदर्शन किया, जिहदे करके फीफा यानी कि अंडर 17 फीफा दे विच उहदी सिलैक्शन होई, वह कप्तान बनी, तो लगे कल मैच भारत दे विच अंडर 17 फीफा दे शुरू होए आ, तो इस कुड़ी की अगवाई दे विच भारतीय फुटबाल टीम खेड रही है, क्योंकि यह टीम की कप्तान है, यह डिफेंडर का रोल अदा करती है। हुण सरकार ने इहदियां प्राप्तियां तो खुश हो के इहदे घर नूं एक सड़क बनाउणी शुरू की, पक्की सड़क, इहदे नां ते सड़क। अगली गल देखो कमाल दी, कुड़ी दे नां दे उत्ते सड़क बन रही आ, पर घर दे विच भंग पुजदी आ, ते इसे कुड़ी दे मां ते बाप उसे सड़क नूं बनाउण दे लई मजबूरी कर रहे आ। 500 रुपया दोवां जणां नूं इक दिहाड़ी दा मिलदा। की आपां कह सकदे कि भारत दे विच खिडारियां नूं फिकर नहीं कि साडे मापिआं दा की बनूगा? की आपां इह गल कह सकदे कि भारत दे खिडारी पूरे उत्साह दे विच खेड सकदे आ? तुहाडे जां मेरे मां बाप नूं इस गल दा फिकर होवे कि भाई अथणे पीपे दे विच आटा होऊगा कि नहीं होऊगा, वह दिहाड़ियां लाउण, तो मेरी जिम्मेवारी होवे जी कि मैं फलाने मैच दे विच कोई कमाला करनियां, भारत दे लई मैडल जित के लिआउणा। मेरा ध्यान अपने माँ बाप दे वल भी जाऊगा भी यार टोकरी उन्होंने चक्की हुई है, यार उन्होंने की बुरा हाल होगा, बुढ़ा शरीर आ उन्होंने, कितने डिग ना पैण, गोडे गिटे रह गए आ, कितने उन्होंने कोई नुकसान ना हो जाए। तो जेकर इहो जिहा तुहानूं जां मैनूं इस गल की सुरक्षा होगी, इस गलों सुरक्षित महसूस करांगे भी यार वह बिल्कुल तंदुरुस्त आ, तो उन्होंने सारिया सहूलत मिल गई, तो मैं देश के लिए खेडना, तो फिर वधिया खेडा जाऊगा कि जेकर इधर बेरोज़गारी करके रोटी की आवाजारी करके तो मापे दिहाड़ियां लाने के लिए मजबूर आ, तो फिर मैडल किवें जितते जाएंगे? सो इस खबर ने भारत के खेड प्रबंधा के उत्ते सवाल खड़ा किया, साडियां सरकारां दे प्रबंधा ने उत्ते सवाल खड़ा किया, साडे प्रशासनिक अधिकारियों के घोगड़ कन्ने सुभा के उत्ते सवाल खड़ा किया। पहला इस रिपोर्ट का वेरवा साझा कर रहे हैं, तो फिर करांगे टिप्पणी। फीफा अंडर 17 विमन वर्ल्ड कप लंघे कल तो शुरू हो गया। भारत की कप्तानी कर रही झारखंड के गुमला खेतर की अष्टम उराम है। सन्मान के लिए झारखंड सरकार अष्टम के पिंड तक सड़क बना रही है, पर हैरानी की गल यह है कि उसके गरीब माता पिता इसे सड़क के उत्ते मजदूरी कर रहे हैं। भुवनेश्वर के कलिंगा स्टेडियम के लंघे कल मुकाबले का पहला दिन से जिथे अमरीका के नाल भारत की टीम का मुकाबला होया। अष्टम इस टीम की अगवाई कर रही है। शुक्र है कि माँ बाप उसनू खेडते हुए देख सकणगे, क्योंकि हाल फिलहाल दे विच उन्होंने घर के टीवी लगा, पहला घर के पूरे पिंड भी टीवी नहीं सी। अष्टम जदों कैप्टन बनाई गई तो झारखंड सरकार ने उसके सन्मान सड़क बनाने का ऐलान कर दिता। अष्टम के पिंड तक सड़क नहीं सी, सरकार ने इस ऐलान की सिफत हुई, पर काम शुरू होया तो पिंड वाले भी खुश हो गए। पर अष्टम के माता पिता 250 रुपए प्रति दिन के हिसाब के नाल इस सड़क के उत्ते ढोआ ढोआई का काम कर रहे हैं। जदों सवाल किया गया तो अष्टम के पिता हीरा ने यह गल कही कि मजदूरी नहीं करांगे तो जनाब टब्बर का ढिड किवें भरेगा। जदों यह गल प्रशासन के सामने आई तो वह भी हैरान रह गया। गुमला दे एक सीनियर अधिकारी ने यह गल कही कि मैनू तो ये बारे पता ही नहीं सी। माँ बाप ते पिंड वाले अष्टम नूं वर्ल्ड कप मैच खेडते हुए देख सकन, इहदे करके प्रशासन ने
LED ਲਾਉਣ ਦਾ ਪ੍ਰਬੰਧ ਤਾਂ ਕਰ ਦਿੱਤਾ, ਅਸ਼ਟਮ ਦੇ ਘਰ ਦੇ ਵਿੱਚ TV ਵੀ ਲੱਗ ਗਿਆ, ਸਨਮਾਨ ਦੇ ਵਿੱਚ ਇੱਕ ਸਟੇਡੀਅਮ ਬਣਾਉਣ ਦੀ ਗੱਲ ਵੀ ਕਹੀ ਹੈ, ਪਰ ਇਹ ਨਹੀਂ ਸੋਚਿਆ ਕਿ ਇਹਨਾਂ ਦੇ ਪੀਪੇ ਦੇ ਵਿੱਚ ਆਟਾ ਹੈ ਜਾਂ ਫਿਰ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਸਿਰਫ ਇਹ ਖਬਰ ਦੱਸਣ ਦੇ ਲਈ ਕਾਫੀ ਹੈ ਕਿ ਭਾਰਤ ਦੇ ਵਿੱਚ ਖਿਡਾਰੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਕਿਹੋ ਜਿਹਾ ਮਿਲਦਾ। ਮੈਂ ਨਹੀਂ ਕਹਿੰਦਾ ਵੀ ਕਾਰਾਂ ਦਿਓ ਅਤੇ ਕੋਠੀਆਂ ਦਿਓ, ਪਰ ਯਾਰ ਬੰਦੇ ਦੀ ਜ਼ਿੰਦਗੀ ਦਾ ਮੁੱਲ ਤਾਂ ਪੈਣਾ ਚਾਹੀਦਾ, ਉਹਦੀਆਂ ਪ੍ਰਾਪਤੀਆਂ ਦਾ ਇੰਨਾ ਕੁ ਤਾਂ ਮੁੱਲ ਪੈਣਾ ਚਾਹੀਦਾ ਕਿ ਉਹਨਾਂ ਦੇ ਟੱਬਰ ਨੂੰ ਰੋਟੀ ਦਾ ਫਿਕਰ ਨਾ ਰਹੇ, ਉਹਨਾਂ ਦੇ ਟੱਬਰ ਨੂੰ ਦਵਾਈ ਦਾ ਫਿਕਰ ਨਾ ਰਹੇ, ਉਹਨਾਂ ਦੇ ਟੱਬਰ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਯਾਰ ਬਿਜਲੀ ਦਾ ਬਿੱਲ ਪਤਾ ਨਹੀਂ ਦਿੱਤਾ ਜਾਣਾ ਕਿ ਨਹੀਂ। ਜੇ ਖਿਡਾਰੀ ਦੇ ਉੱਤੇ ਇਸ ਗੱਲ ਦਾ ਬੋਝ ਨਾ ਹੋਵੇ ਕਿ ਮੇਰੇ ਮਾਪਿਆਂ ਦਾ ਕੀ ਬਣੂੰਗਾ, ਮੇਰੇ ਮਾਪਿਆਂ ਨੂੰ ਕਿਤੇ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ, ਤਾਂ ਫਿਰ ਖਿਡਾਰੀ ਦੁੱਗਣੀ ਪ੍ਰਤਿਭਾ ਦਿਖਾ ਸਕਦਾ ਆਪਦੀ, ਅਤੇ ਖਿਡਾਰੀ ਦੇ ਅੰਦਰ ਹੌਸਲਾ ਹੋਊਗਾ ਵੀ ਯਾਰ ਸਰਕਾਰ ਸਾਡੇ ਮਗਰ ਖੜ੍ਹੀ ਹੈ, ਮੇਰੇ ਮਾਂ ਬਾਪ ਨੂੰ ਫੁੱਲਾਂ ਵਾਂਗੂ ਰੱਖਿਆ ਜਾ ਰਿਹਾ, ਮੈਂ ਦੇਸ਼ ਦੇ ਲਈ ਕੱਪ ਜਿੱਤ ਕੇ ਲਿਆਉਣਾ, ਮੈਂ ਮੈਡਲ ਜਿੱਤ ਕੇ ਲਿਆਉਣਾ। ਪਰ ਸਾਡੇ ਦੇਸ਼ ਦੇ ਵਿੱਚ ਸਾਰਾ ਕੁਝ ਉਲਟ ਹੁੰਦਾ, ਇੱਥੇ ਪਹਿਲਾਂ ਖੁਦ ਨੂੰ ਸਾਬਤ ਕਰਨਾ ਪੈਂਦਾ, ਫਿਰ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਢੋਲ ਵਾਲੇ ਨਾਲ ਲੈ ਕੇ 에ਅਰਪੋਰਟ 'ਤੇ ਪਹੁੰਚਦੇ ਹੁੰਦੇ ਆ। ਜੇ ਤਾਂ ਖਿਡਾਰੀ ਆਪਦੀ ਜਿਹੜੀ ਟਿਕਟ ਲਾ ਕੇ ਗਿਆ, ਉਹਨੇ ਮੈਡਲ ਜਿੱਤ ਲਿਆ, ਅਤੇ ਫਿਰ ਤਾਂ ਸਰਕਾਰ ਕਹਿੰਦੀ ਵੀ ਬੱਲੇ ਬੱਲੇ ਕਰਵਾਤੀ, ਇਹਨੇ ਸਿਰ ਉੱਚਾ ਕਰਵਾਤਾ, ਇਹਨੇ ਛਾਤੀ ਚੌੜੀ ਕਰਵਾਤੀ ਆ, ਢੋਲ ਲੈ ਕੇ 에ਅਰਪੋਰਟ 'ਤੇ ਪਹੁੰਚ ਜਾਂਦੇ ਵੀ ਫਲਾਣੇ ਮੰਤਰੀ ਨੇ ਰਿਸੀਵ ਕੀਤਾ, ਮਾਣ ਸਨਮਾਨ ਉੱਚਾ ਹੋ ਗਿਆ। ਪਰ ਜੇਕਰ ਉਹ ਖਿਡਾਰੀ ਮੈਚ ਨਾ ਜਿੱਤ ਸਕੇ, ਉਹ ਹਾਰ ਜਾਵੇ, ਤਾਂ ਫਿਰ ਗਵਾਂਢੀ ਵੀ ਨਹੀਂ ਪੁੱਛਦਾ, ਫਿਰ ਤਾਂ ਟੀਚਰਾਂ ਹੀ ਪੁੱਛ ਦਿੰਦਾ ਸਾਰਾ ਕੁਛ ਵੀ ਭਾਈ ਤੁਸੀਂ ਤਾਂ ਹਾਰ ਗਏ, ਲੈ ਲਿਆ ਮੈਡਲ, ਲੈ ਲਿਆ ਮੈਡਲ। ਭਾਰਤ ਦੇ ਵਿੱਚ ਇਹ ਮਾੜੀ ਪਰੰਪਰਾ, ਅਸੀਂ ਉਤਸ਼ਾਹ ਨਹੀਂ ਵਧਾਉਂਦੇ, ਅਸੀਂ ਹੌਸਲਾ ਨਹੀਂ ਦਿੰਦੇ, ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਤੇਰੇ ਨਾਲ ਖੜ੍ਹੇ ਸਾਡੇ ਦਾ ਕੋਈ ਸੇਵਾ ਦੱਸ, ਪਰ ਆਪਾਂ ਟੀਚਰ ਕਰਨ ਲੱਗ ਪੈਂਦੇ ਹਾਂ, ਅਤੇ ਸਰਕਾਰਾਂ ਵੀ ਟੀਚਰਾਂ ਹੀ ਕਰਦੀਆਂ। ਆ ਟੀਚਰ ਹੀ ਆ ਵੀ ਉਹਨਾਂ ਦੇ ਨਾਂ ਦੇ ਉੱਤੇ ਜਿਹਦੇ ਨਾਂ 'ਤੇ ਸੜਕ ਬਣ ਰਹੀ ਹੈ, ਉਹਦੇ ਮਾਂ ਬਾਪ ਉਸੇ ਸੜਕ ਨੂੰ ਬਣਾਉਣ ਦੇ ਲਈ ਮਜ਼ਦੂਰੀ ਕਰ ਰਹੇ ਆ। ਸੋ ਦੁੱਖ ਹੁੰਦਾ ਇਹਨਾਂ ਖਬਰਾਂ ਬਾਰੇ ਜਾਣ ਕੇ, ਜਦੋਂ ਅਸੀਂ ਇਹ ਗੱਲ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਖਿਡਾਰੀ ਇੰਨੇ ਮੈਡਲ ਕਿਵੇਂ ਜਿੱਤ ਰਹੇ ਆ, ਉਹ ਆਪਣੇ ਇੱਕ ਇੱਕ ਖਿਡਾਰੀ ਦੇ ਉੱਤੇ ਕਈ ਕਈ ਲੱਖ ਡਾਲਰ ਖਰਚ ਕਰ ਦਿੰਦੇ ਆ। ਇੱਥੇ ਮੈਚ ਜਿਹੜਾ ਜਿੱਤ ਕੇ ਆਊਗਾ, ਮੈਡਲ ਜਿਹੜਾ ਲੈ ਕੇ ਆਊਗਾ, ਉਹਨਾਂ ਨੂੰ ਗੱਲ ਕਹੀ ਜਾਂਦੀ ਕਿ ਭਾਈ ਤੁਹਾਨੂੰ ਹੁਣ ਅਸੀਂ ਗੱਫਾ ਦੇਵਾਂਗੇ। ਸਾਡੇ ਬਹੁਤੇ ਖਿਡਾਰੀ ਤਾਂ ਵਿਚਾਰੇ ਸਰਕਾਰੀ ਨੌਕਰੀ ਦੀ ਖਾਤਰ ਹੀ ਖੇਡੀ ਜਾਂਦੇ ਆ ਵੀ ਚਲੋ ਯਾਰ ਸਪੋਰਟਸ ਕੋਟੇ ਦੇ ਵਿੱਚ ਨੌਕਰੀ ਮਿਲ ਜੂਗੀ, ਬਾਕੀ ਗੱਲਾਂ ਬਾਅਦ ਦੀਆਂ। ਜਦੋਂ ਇਹੋ ਜਿਹੀ ਸੰਭਾਵਨਾ ਹੋਵੇ, ਜਦੋਂ ਸਰਕਾਰਾਂ ਦੇ ਉੱਤੇ ਇਹੋ ਜਿਹੀ ਬੇਭਰੋਸਗੀ ਹੋਵੇ, ਜਦੋਂ ਰੁਜ਼ਗਾਰ ਦਾ ਇਹ ਹਾਲ ਹੋਵੇ, ਤਾਂ ਮੈਡਲ ਸਾਨੂੰ ਕਿੱਥੇ ਮਿਲਣੇ ਆ? ਜਿਹੜੇ ਖਿਡਾਰੀ ਇਸ ਹਾਲਾਤ ਦੇ ਵਿੱਚ ਵੀ ਮੈਡਲ ਜਿੱਤਦੇ, ਉਹਨਾਂ ਨੂੰ ਸਲਾਮ ਕਰਨੀ ਬਣਦੀ ਆ, ਪਰ ਜੇ ਸਰਕਾਰਾਂ ਸਹਿਯੋਗ ਦੇਣ ਤਾਂ ਵੱਡੇ ਪੱਧਰ 'ਤੇ ਬੱਲੇ ਬੱਲੇ ਹੋ ਸਕਦੀ ਆ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਸੀ, ਤਾਂ ਇੱਕ ਵਿਅਕਤੀ ਨੇ ਜਿਹੜਾ ਪੰਜਾਬ ਦਾ ਹੀ ਆ, ਉਹਨੇ ਆਪਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ। ਮੇਰੇ ਚੇਤੇ ਦੇ ਵਿੱਚੋਂ ਨਾਂ ਕਿਰ ਗਿਆ ਕਿ ਉਸ ਸੱਜਣ ਦਾ, ਉਸ ਵੀਰ ਦਾ ਨਾਂ ਕੀ ਸੀ, ਪਰ ਉਹਨੇ ਇਹ ਗੱਲ ਕਹੀ ਸੀ ਵੀ ਮੈਨੂੰ ਜਾਂ ਮੇਰੀ ਪਾਰਟੀ ਦੇ ਉਮੀਦਵਾਰਾਂ ਨੂੰ ਮੌਕਾ ਦਿਓ, ਜੇ ਮੌਕਾ ਮਿਲ ਗਿਆ ਜਿੱਤਣ ਦਾ ਤਾਂ ਅਸੀਂ ਹਰ ਘਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਆ ਇਹਨੂੰ ਦਾਰੂ ਨਾਲ ਭਰ ਦਿਆਂਗੇ, ਟੂਟੀਆਂ ਦੇ ਵਿੱਚੋਂ ਸ਼ਰਾਬ ਆਇਆ ਕਰੂਗੀ, ਅਸੀਂ ਤੁਹਾਡੇ ਘਰਾਂ ਦੇ ਵਿੱਚ ਬੱਲੇ ਬੱਲੇ ਕਰਾ ਦਿਆਂਗੇ, ਅਸੀਂ ਇਕੱਲੇ ਇਕੱਲੇ ਪਿੰਡ ਦੇ ਵਿੱਚ 에ਅਰਪੋਰਟ ਬਣਾ ਦਿਆਂਗੇ, ਅਸੀਂ ਹਰ ਹਲਕੇ 'ਚ 에ਅਰਪੋਰਟ ਬਣਾ ਦਿਆਂਗੇ, ਅਸੀਂ ਆਹ ਕਰਾਂਗੇ ਆਹ ਕਰਾਂਗੇ। ਉਸ ਬੰਦੇ ਨੇ ਗੱਲ ਕਹੀ ਸੀ ਵੀ ਗੱਪਾਂ ਸੁਣ ਸੁਣ ਕੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ, ਮੈਂ ਕਿਹੜਾ ਛੋਟੀ ਗੱਪ ਮਾਰੀ ਆ, ਮੈਨੂੰ ਵੋਟ ਪਾ ਦਿਓ। ਉਹਨੇ ਇੱਕ ਨਿਹੋਰਾ ਮਾਰਿਆ ਸੀ ਪੰਜਾਬ ਦੇ ਲੋਕਾਂ ਨੂੰ। ਹੁਣ ਇਹੀ ਗੱਲ ਹਰਿਆਣੇ ਦੀਆਂ ਪੰਚਾਇਤੀ ਚੋਣਾਂ 'ਚ, ਉੱਥੇ ਹੁਣ ਇੱਕ ਉਮੀਦਵਾਰ ਖੜ੍ਹਾ, ਉਹਨੇ ਜਿਹੜਾ ਆਪਦਾ ਮੈਨੀਫੈਸਟੋ ਜਾਰੀ ਕੀਤਾ, ਤੁਸੀਂ ਹੈਰਾਨ ਰਹਿ ਜਾਣਾ। ਇਹ ਮੈਨੀਫੈਸਟੋ ਪੜ੍ਹ ਕੇ ਤਾਂ ਤੁਹਾਡਾ ਵੀ ਚਿੱਤ ਕਰਨਾ ਵੀ ਕਿਉਂ ਨਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਆਪਾਂ ਸ਼ਿਫਟ ਹੋ ਜਾਈਏ, ਇੱਥੇ ਇੰਨੀਆਂ ਸਹੂਲਤਾਂ ਹੋ ਜਾਣੀਆਂ। ਉਹ ਕਹਿੰਦਾ ਜੀ ਕਿ ਹਰ ਘਰ ਦੇ ਵਿੱਚ ਔਰਤਾਂ ਨੂੰ ਮੇਕਅਪ ਦੀ ਕਿੱਟ ਮਿਲਿਆ ਕਰੂਗੀ, ਹਰ ਜਿਹੜਾ ਨਸ਼ੇੜੀ ਆ ਜਿਹੜਾ ਦਾਰੂ ਪੀਣ ਵਾਲਾ ਉਹਨੂੰ ਵਿਸਕੀ ਦੀ ਬੋਤਲ ਮਿਲਿਆ ਕਰੂਗੀ। ਤੁਹਾਡੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਪਿੰਡ ਦੇ ਵਿੱਚ ਉਹ ਕਹਿੰਦਾ ਵੀ 에ਅਰਪੋਰਟ ਬਣਨੇ ਚਾਹੀਦੇ, ਮੈਂ ਆਪਦੇ ਪਿੰਡ ਦੇ ਵਿੱਚ 3 ਏਅਰਪੋਰਟ ਬਣਵਾ ਦੂੰਗਾ। ਕਹਿੰਦਾ ਵੀ ਇੱਥੋਂ ਲੈ ਕੇ ਸਾਡੇ ਪਿੰਡ ਤੋਂ ਦਿੱਲੀ ਤੱਕ ਮੈਟਰੋ ਦੀ ਲਾਈਨ ਜਾਇਆ ਕਰੂਗੀ। ਗੱਲ ਹੀ ਕਰਨੀ ਹੈ, ਗੱਲ 'ਤੇ ਕਿਹੜਾ ਕੋਈ ਟੈਕਸ ਲੱਗਦਾ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਹਰਿਆਣਾ ਦੇ ਸੋਨੀਪਤ ਖੇਤਰ ਦੇ ਵਿੱਚ ਪਿੰਡ ਦਾ ਨਾਂ ਹੈ ਸਿਰਸਾਦ। ਇਸ ਪਿੰਡ ਦੇ ਵਿੱਚ ਇੱਕ ਉਮੀਦਵਾਰ ਹੈ ਜੈਕਰਨ ਲਠਵਾਲ। ਜੈਕਰਨ ਲਠਵਾਲ ਨੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਜਿਹਦਾ ਲੋਕ ਮਜ਼ਾਕ ਵੀ ਉਡਾ ਰਹੇ ਨੇ ਅਤੇ ਇਹ ਵੀ ਗੱਲ ਕਹਿ ਰਹੇ ਨੇ ਕਿ ਹੁਣ ਅਸੀਂ ਸਿਰਸਾਦ ਪਿੰਡ ਦੇ ਵਿੱਚ ਸ਼ਿਫਟ ਹੋਣਾ ਚਾਹੁੰਦੇ ਹਾਂ। ਇਸ ਵਿਅਕਤੀ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਨੇ ਉਹਨਾਂ ਦਾ ਵੇਰਵਾ ਇਹ ਹੈ ਕਿ ਪਿੰਡ ਦੇ ਵਿੱਚ 3 ਹਵਾਈ ਅੱਡੇ ਬਣਾਵਾਂਗੇ, ਔਰਤਾਂ ਵਾਸਤੇ ਮੁਫਤ ਮੇਕਅਪ ਦੀਆਂ ਕਿੱਟਾਂ ਹੋਣਗੀਆਂ, ਸਿਰਸਾਦ ਪਿੰਡ ਦੇ ਵਿੱਚ ਪੈਟਰੋਲ 20 ਰੁਪਏ ਲੀਟਰ ਮਿਲੇਗਾ, GST ਖਤਮ ਹੋ ਜਾਵੇਗੀ, ਗੈਸ ਦੀ ਕੀਮਤ 100 ਰੁਪਏ ਸਿਲੰਡਰ ਹੋਵੇਗੀ, ਹਰ ਘਰ ਦੇ ਲਈ ਇੱਕ ਸਾਈਕਲ ਮੁਫਤ ਹੋਵੇਗਾ, ਸਰਸਾਦ ਤੋਂ ਦਿੱਲੀ ਤੱਕ ਮੈਟਰੋ ਲਾਈਨ ਵਿਛਾਈ ਜਾਏਗੀ, ਮੁਫਤ ਵਾਈਫਾਈ ਦੀ ਸਹੂਲਤ ਹੋਊਗੀ, ਨਸ਼ੇੜੀਆਂ ਨੂੰ ਰੋਜ਼ਾਨਾ ਦਾਰੂ ਦੀ ਇੱਕ ਬੋਤਲ ਮਿਲੇਗੀ, ਸਰਕਾਰੀ ਨੌਕਰੀਆਂ ਪਿੰਡ ਦੇ ਵਿੱਚ ਆਮ ਹੋਣਗੀਆਂ, ਅਤੇ ਸਿਰਸਾਦ ਤੋਂ ਗੋਹਾਣਾ ਤੱਕ ਹਰ 5 ਮਿੰਟ ਦੇ ਵਿੱਚ ਹੈਲੀਕਾਪਟਰ ਦੀ ਸਹੂਲਤ ਮਿਲਿਆ ਕਰੂਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਵੇਂ ਇਹ ਵਾਅਦੇ ਹਾਸੋਹੀਣੇ ਆ, ਪਰ ਇਹ ਵਾਅਦੇ ਦੱਸਣ ਦੇ ਲਈ ਕਾਫੀ ਆ ਕਿ ਇੱਕ ਤਰੀਕੇ ਦੇ ਨਾਲ
ਵੀ ਲੋਕਾਂ ਦੇ ਨਾਲ ਕਿੰਨੇ ਲੰਮੇ ਚੌੜੇ ਵਾਅਦੇ ਕੀਤੇ ਜਾ ਰਹੇ ਆ ਅਤੇ ਕੀ ਉਹ ਵਾਅਦੇ ਪੂਰੇ ਹੋ ਸਕਦੇ ਆ। ਕੱਲ੍ਹ ਨੂੰ ਕੋਈ ਬੰਦਾ ਇਹ ਗੱਲ ਕਹੇ ਕਿ ਤਾਂ ਗੱਪ ਮਾਰਦਾ, ਐਂ ਥੋੜ੍ਹੀ ਹੁੰਦਾ। ਅਤੇ ਫਿਰ ਇਹ ਬੰਦਾ ਇਹ ਵੀ ਗੱਲ ਕਹੂਗਾ ਵੀ ਜਿਹਨਾਂ ਨੂੰ ਤੁਸੀਂ ਵੋਟਾਂ ਪਾਉਣੇ ਆ ਅਤੇ ਉਹ ਕਿਹੜਾ ਸੱਚ ਬੋਲਦੇ, ਉਹ ਵੀ ਤਾਂ ਗੱਪ ਹੀ ਮਾਰਦੇ ਆ। ਜੇ ਗੱਪਾਂ ਸੁਣ ਸੁਣ ਕੇ ਵੋਟਾਂ ਪਾਉਣੀਆਂ ਫਿਰ ਮੈਨੂੰ ਹੀ ਪਾ ਦਿਓ। ਫਿਰ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਜਿਹੜਾ ਐਲਾਨ ਆ ਕਿ ਮੇਰਾ ਮੈਨੀਫੈਸਟੋ ਆਹ, ਫਿਰ ਇਹਨੂੰ ਵੋਟਾਂ ਪਾ ਦਿਓ। ਜੇ ਆਪਾਂ ਨੂੰ ਗੱਪਾਂ ਸਵਾਦ ਦਿੰਦੀਆਂ, ਜੇ ਆਪਾਂ ਨੂੰ ਗੱਪਾਂ ਚੰਗੀਆਂ ਲੱਗਦੀਆਂ, ਗੱਪਾਂ ਸੁਣ ਕੇ ਸਾਨੂੰ ਆਨੰਦ ਆਉਂਦਾ, ਜਿਵੇਂ ਕਿ ਸਾਰੀਆਂ ਪਾਰਟੀਆਂ ਦੇ ਨੇਤਾ ਗੱਪ ਮਾਰਦੇ ਆ ਅਤੇ ਆਪਾਂ ਮਗਰ ਲਾਂਗੜ ਚੱਕ ਕੇ ਤੁਰ ਪੈਂਦੇ ਹਾਂ, ਫਿਰ ਲਾਂਗੜ ਚੱਕ ਇਹਦੇ ਮਗਰ ਤੁਰ ਪਓ ਵੀ ਭਾਈ ਦੇਖੋ ਵੀ ਬੰਦੇ ਨੇ ਕਮਾਲ ਕਰਤੀ, 3 ਏਅਰਪੋਰਟ ਬਣਾਊਗਾ ਸਿਰਸਾਰ ਪਿੰਡ ਦੇ ਵਿੱਚ। ਸੋ ਇਹ ਇੱਕ ਵਿਰੋਧ ਕਰਨ ਦਾ ਅਤੇ ਲੋਕਾਂ ਨੂੰ ਸਮਝਾਉਣ ਦਾ ਤਰੀਕਾ। ਕਿਸੇ ਪਿੰਡ ਦੇ ਵਿੱਚ ਕੋਈ ਏਅਰਪੋਰਟ ਨਹੀਂ ਬਣਦਾ ਅਤੇ ਨਾ ਹੀ ਬਣ ਸਕਣਾ, ਪਰ ਗੱਲ ਇਹ ਆ ਵੀ ਏਅਰਪੋਰਟ ਦੇ ਲਈ ਵੱਖਰੀਆਂ ਹੁੰਦੀਆਂ ਯੋਜਨਾਵਾਂ, ਕਈ ਸਕੀਮਾਂ ਹੁੰਦੀਆਂ, ਕਈ ਫਾਰਮੈਲਟੀਆਂ ਹੁੰਦੀਆਂ, ਕਈ ਲੋੜਾਂ ਹੁੰਦੀਆਂ, ਬਾਕੀ ਜਿਹੜੀਆਂ ਐਲਾਨ ਕੀਤੇ ਆ ਉਹਦੇ ਲਈ ਵੀ ਵੱਖੋ ਵੱਖਰੇ ਕਾਰਨ ਹੁੰਦੇ ਅਤੇ ਵੱਖੋ ਵੱਖਰੇ ਤਰੀਕੇ ਨਾਲ ਪੂਰੇ ਹੁੰਦੇ ਆ। ਪਰ ਇਸ ਬੰਦੇ ਨੇ ਇੱਕ ਚਾਨਣ ਵਿਖਾਇਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੀ ਕੁਝ ਚੱਲ ਰਿਹਾ, ਅਤੇ ਭਾਈ ਪੰਚਾਇਤੀ ਚੋਣਾਂ ਦੇ ਵਿੱਚ ਚੰਗਿਆਂ ਨੂੰ ਚੁਣਨਾ ਚਾਹੀਦਾ ਅਤੇ ਜਿਹੜੇ ਗਪੌੜ ਛੱਡਦੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਗੱਲ ਮੈਂ ਗੁਜਰਾਤ ਅਤੇ ਹਿਮਾਚਲ ਦੇ ਪ੍ਰਸੰਗ ਦੇ ਵਿੱਚ ਵੀ ਕਰਨੀ ਚਾਹੁੰਦਾ ਵੀ ਉੱਥੇ ਵੀ ਲੋਕ ਸਿਰ ਤੋਂ ਕੰਮ ਲੈ ਕੇ ਵੋਟਾਂ ਪਾਉਣ, ਕੋਈ ਪਤਾ ਨਹੀਂ ਜਿਹੜੇ ਇਹ ਗੱਲ ਕਹਿੰਦੇ ਕਮਾਲਾਂ ਕਰ ਦਿਆਂਗੇ ਉਹ ਆਪਦੀ ਕਮਾਲ ਕਰ ਜਾਂਦੇ, ਬਾਅਦ ਦੇ ਵਿੱਚ ਸੂਤ ਆਮ ਲੋਕਾਂ ਦਾ ਨਹੀਂ ਲੱਗਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।